ਸਾਥੀਓ, ਪਹਿਲੀ ਗੱਲ ਤਾਂ ਇਹ ਵੀ ਸਾਰੀ ਪ੍ਰੈਸ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਐਮਰਜੈਂਸੀ ਸੱਦੇ ਤੇ, ਅੱਧੇ ਘੰਟੇ ਦੇ ਸੱਦੇ ਤੇ ਤੁਸੀਂ ਸਾਡੇ ਸੱਦੇ ਤੇ ਪਹੁੰਚੋ ਪ੍ਰੈਸ ਕਲੱਬ ਦੇ ਵਿੱਚ। ਅਸੀਂ ਆਪਣੀ ਜਥੇਬੰਦੀ ਵੱਲੋਂ ਤੇ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦੀ ਪ੍ਰੈਸ ਕਾਨਫਰੰਸ ਹੈ ਜਿਹੜਾ ਸਾਡਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ 1 ਤਰੀਕ ਨੂੰ ਮੋਰਚਾ ਜਿਹੜਾ ਅਸੀਂ ਲਾ ਰਹੇ ਹਾਂ ਉਹਦੇ ਸਬੰਧ ਚ, ਜਗ੍ਹਾ ਲੈਣ ਦੇ ਸਬੰਧ ਚ ਉਹਨਾਂ ਨਾਲ ਅੱਜ ਸਾਡੀ ਗੱਲਬਾਤ ਹੋਈ। ਅਸੀਂ ਜਗ੍ਹਾ ਮੰਗੀ 17 ਸੈਕਟਰ ਦੇ ਵਿੱਚ, ਚਾਹੇ ਪਰੇਡ ਗਰਾਊਂਡ ਦੇ ਦਿਓ ਭਾਵੇਂ ਰਾਮਲੀਲਾ ਗਰਾਊਂਡ ਦੇ ਦਿਓ, 2 ਜਗ੍ਹਾ ਮੰਗੀਆਂ ਅਸੀਂ ਉਹਨਾਂ ਤੋਂ, ਪਰ ਉਹਨਾਂ ਨੇ ਆਪਦੀ ਇੱਥੇ ਮਜਬੂਰੀ ਜ਼ਾਹਰ ਕੀਤੀ ਵੀ ਇੱਥੇ ਸਾਨੂੰ ਦਿੱਕਤ ਹੈ ਵੀ 17 ਸੈਕਟਰ ਨੂੰ ਛੱਡ ਕੇ 25 ਦੇ ਵਿੱਚ ਸਾਡਾ ਪਹਿਲਾਂ ਹੀ ਕਿਹਾ ਸੀ ਵੀ 25 ਅਸੀਂ ਜਾਣਾ ਨਹੀਂ। ਉਹਨਾਂ ਦਾ ਇਹ ਸੀ ਵੀ 17 ਤੁਸੀਂ ਛੱਡ ਲਓ, 25 ਅਸੀਂ ਛੱਡ ਲੈਂਦੇ ਹਾਂ, ਹੋਰ ਕੋਈ ਸੂਟੇਬਲ ਜਗ੍ਹਾ ਤੁਹਾਨੂੰ ਦਿਖਾਉਂਦੇ ਹਾਂ। ਇਹ ਤੇ ਸਹਿਮਤੀ ਬਣ ਗਈ, ਪਰ ਜਦੋਂ ਉਹ ਥਾਂ ਦੇਖਣ ਗਏ ਉਹਨਾਂ ਨੇ ਸਾਨੂੰ 49-50 ਯਾਨੀ ਮੋਹਾਲੀ ਦੇ ਆਸ ਪਾਸ ਦੇ ਏਰੀਏ ਚ, ਸੁੰਨੇ ਏਰੀਏ ਚ, ਜਿਹੜਾ ਕਿਸੇ ਤਰ੍ਹਾਂ ਵੀ ਸਾਨੂੰ ਠੀਕ ਨਾ ਲੱਗਿਆ, ਉਹ 4-5 ਥਾਵਾਂ ਦਿਖਾਈਆਂ ਜਿਹੜੀਆਂ ਅਸੀਂ ਰੱਦ ਕਰਤੀਆਂ ਵੀ ਇੱਥੇ ਨਹੀਂ, ਇਹ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜਾਂ 17 ਜਗ੍ਹਾ ਦੇ ਦਿਓ, 21 'ਚ ਦੇ ਦਿਓ, 22 'ਚ ਦੇ ਦਿਓ, 23 'ਚ ਦੇ ਦਿਓ, 8 'ਚ ਦੇ ਦਿਓ, 9 'ਚ ਦੇ ਦਿਓ, ਯਾਨੀ 17 ਦੇ ਆਸ ਪਾਸ ਕਿਸੇ ਵੀ ਤੁਸੀਂ ਸੈਕਟਰ ਦੇ ਵਿੱਚ ਸਾਨੂੰ ਥਾਂ ਦੇ ਦਿਓ। ਉਹ ਅਸੀਂ ਉਹਨਾਂ ਨੂੰ ਮੰਗ ਕੀਤੀ ਆ, ਉਹਨਾਂ ਨੂੰ ਕਹਿ ਕੇ ਆਏ ਹਾਂ, ਪਰ ਜਿੰਨੀਆਂ ਜਗ੍ਹਾਵਾਂ ਉਹਨਾਂ ਨੇ ਦਿੱਤੀਆਂ ਨੇ ਇੱਕ ਵਾਰ ਅਸੀਂ ਉਹ ਰੱਦ ਕੀਤੀਆਂ ਨੇ। ਹੁਣ ਅਸੀਂ ਕੱਲ੍ਹ ਨੂੰ ਚੰਡੀਗੜ੍ਹ ਆਵਾਂਗੇ ਅਤੇ ਅਸੀਂ ਆਪਦੀ ਰੈਲੀ ਕਿੱਥੇ ਕਰਨੀ ਹੈ, 17 ਸੈਕਟਰ ਦੇ ਵਿੱਚ ਅਸੀਂ ਸਾਡਾ ਪਲੈਨ ਹੈ ਆਉਣ ਦਾ, ਉਹ ਕਿੱਥੇ ਆ ਕੇ ਅਸੀਂ ਇਹਦੀ ਕਿਹੜੀ ਹਾਲਤ ਮੁਤਾਬਕ ਕਿਹਾ ਜਿਹਾ ਕੁਛ ਬਣਦਾ ਉਹ ਅਸੀਂ ਦੇਖਾਂਗੇ, ਹਾਲਤ ਮੁਤਾਬਕ ਫੈਸਲਾ ਲਵਾਂਗੇ ਮੌਕੇ 'ਤੇ। ਸੋ ਇਹ ਤੁਹਾਨੂੰ ਜਾਣਕਾਰੀ ਦੇਣੀ ਸੀ ਅਸੀਂ, ਕਿਉਂਕਿ ਅਸੀਂ ਜਿਹੜੀਆਂ ਨੀਤੀਆਂ 'ਤੇ ਆ ਰਹੇ ਹਾਂ, ਸੈਸ਼ਨ ਚੱਲ ਰਿਹਾ 2 ਤਰੀਕ ਨੂੰ ਪੰਜਾਬ ਸਰਕਾਰ ਦਾ, 2 ਤੋਂ ਲੈ ਕੇ 4 ਤੱਕ 3 ਦਿਨਾਂ ਦਾ ਸੈਸ਼ਨ ਹੈ। ਅਸੀਂ ਉਹ ਸੈਸ਼ਨ ਦੌਰਾਨ ਆਪਣੀਆਂ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ, ਜਿਹੜੀ ਖੇਤੀ ਨੀਤੀ, ਵਾਤਾਵਰਨ ਨਾਲ, ਕਰਜ਼ੇ ਨਾਲ, ਖੁਦਕੁਸ਼ੀਆਂ ਨਾਲ ਸੰਬੰਧਿਤ, ਪਾਣੀ ਵਾਲੀ ਨੀਤੀ 'ਤੇ ਯਾਨੀ MSP ਵਾਲੀ ਨੀਤੀ 'ਤੇ, ਇਹ ਨੀਤੀਆਂ 'ਤੇ ਮੰਗਾਂ ਨੇ ਜਿਹੜੀਆਂ 8 ਵੱਡੀਆਂ ਬੁਨਿਆਦੀ ਮੰਗਾਂ, ਜ਼ਮੀਨਾਂ ਦੀ ਕਾਣੀ ਵੰਡ ਦੇ ਇਸ਼ੂਆਂ 'ਤੇ ਇਸ਼ੂ ਲੈ ਕੇ ਅਸੀਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ, ਚੱਲਦੇ ਸੈਸ਼ਨ 'ਚ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਹਾਂ। ਇਹ ਸਾਡੀ ਸਕੀਮ ਪਲੈਨ ਹੈ, ਇਹ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਦੱਸੀ ਹੈ ਅਤੇ ਪੰਜਾਬ ਪ੍ਰਸ਼ਾਸਨ ਨਾਲ ਸਾਡੀ ਕੱਲ੍ਹ ਮੀਟਿੰਗ ਹੋਈ ਹੈ, ਉਹਨਾਂ ਨੂੰ ਵੀ ਦੱਸੀ ਹੈ ਅਤੇ ਪੰਜਾਬ ਸਰਕਾਰ ਨੂੰ ਪ੍ਰੈਸ ਰਾਹੀਂ ਇਹ ਜਾਣਕਾਰੀ ਭੇਜ ਦਿੱਤੀ। ਅਸੀਂ 2022 ਦੇ ਵਿੱਚ ਜਦੋਂ ਪੰਜਾਬ ਸਰਕਾਰ ਬਣੀ ਹੈ ਉਦੋਂ ਪੰਜਾਬ ਸਰਕਾਰ ਨੇ ਖੇਤੀ ਨੀਤੀ ਦੀ ਗੱਲ ਕੀਤੀ, ਅਸੀਂ ਇਹਨਾਂ ਨੂੰ ਆਪਦਾ ਖੇਤੀ ਨੀਤੀ ਦਾ ਖਰੜਾ ਬਣਾ ਕੇ ਤਿਆਰ ਕਰਕੇ ਦਿੱਤਾ ਅਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਵੀ ਛੇਤੀ ਕਮੇਟੀ ਬਣਾ ਕੇ ਖੇਤੀਬਾੜੀ ਨੀਤੀ ਦਾ ਕੋਈ ਖਰੜਾ ਤਿਆਰ ਕਰਕੇ ਤੁਹਾਡੇ ਤੱਕ ਭੇਜਾਂਗੇ, ਪਰ ਅਜੇ ਤੱਕ ਉਹਦਾ ਕੋਈ ਸਾਨੂੰ ਜਵਾਬ ਸਵਾਲ ਨਹੀਂ ਮਿਲਿਆ। ਇਸ ਕਰਕੇ ਅਸੀਂ ਪੁੱਛਣ ਆਏ ਹਾਂ ਸਰਕਾਰ ਨੂੰ ਵੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਸਾਡੇ ਨਾਲ ਕੀਤੀਆਂ ਸੀ ਉਹਨਾਂ ਵਾਅਦਿਆਂ 'ਤੇ ਤੁਹਾਡਾ ਕੀ ਬਣਿਆ ਅਤੇ ਆਹ ਜਿਹੜੀਆਂ ਨੀਤੀਆਂ ਨੇ ਇਹਨਾਂ ਦਾ ਦੱਸੋ ਤੁਸੀਂ ਕੀ ਬਣਾਉਂਦੇ ਹੋ। ਇਹਦਾ ਜਵਾਬ ਲੈਣ ਦੀ ਖਾਤਰ ਅਸੀਂ ਸੈਸ਼ਨ ਦੇ ਵਿੱਚ ਉਹਨਾਂ ਨੂੰ ਆਪਦਾ ਮੰਗ ਪੱਤਰ ਡੈਪੂਟੇਸ਼ਨ ਦੇ ਰੂਪ ਦੇ ਵਿੱਚ, ਵੱਡਾ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਜਾ ਕੇ ਦੇਣਾ ਚਾਹੁੰਦੇ ਹਾਂ, ਉਹ ਅਸੀਂ ਸਾਡੀ ਤਿਆਰੀ। ਇੱਕ ਮਿੰਟ ਦੇਖੋ, ਅਸੀਂ ਜਿਹੜਾ ਪ੍ਰੋਗਰਾਮ ਰੱਖਿਆ 1-5 ਤੀਕਰ, 2 ਨੂੰ ਸਾਡਾ ਮਾਰਚ ਹੈ ਵਿਧਾਨ ਸਭਾ ਵੱਲ, ਇਹਦੇ 'ਚ ਜਿਹੜੀਆਂ ਗੱਲਾਂ ਕਰ ਗਏ ਪ੍ਰਧਾਨ ਜੀ ਵੀ ਜਿਹੜੇ ਸਾਨੂੰ ਨੇ ਵਾਅਦੇ ਕੀਤੇ ਉਹਦਾ ਕੀ ਬਣਿਆ। ਦੇਖੋ ਸਾਡਾ ਚੰਡੀਗੜ੍ਹ ਆਉਣਾ ਰੈਟ ਹੈ, ਚੰਡੀਗੜ੍ਹ ਦੇ ਵਿੱਚ ਜਿੰਨੇ ਪਿੰਡ ਉਠਾਏ ਇਹਨਾਂ ਨੇ ਜਿੱਥੇ ਚੰਡੀਗੜ੍ਹ ਵਸਾਇਆ ਉਹ ਸਾਰੇ ਪੰਜਾਬੀ ਬੋਲਦੇ ਪਿੰਡ ਉੱਠੇ ਹੈ।
ਠੀਕ ਹੈ ਜੀ, ਅਡਰੌਲਾ ਵੀ ਹਰਿਆਣਾ ਨੂੰ ਮਿਲਦਾ, ਚੰਡੀਗੜ੍ਹ ਨੂੰ ਆਪਣਾ ਪੰਜਾਬ ਨੂੰ ਮਿਲਦਾ ਹੈ, ਹੁਣ ਟੋਟਲ ਪਿੰਡ ਜਿਹੜੇ ਇੱਥੇ ਮਤਲਬ ਉਜੜੇ ਜੇ ਕਹਿਣਾ ਹੋਵੇ ਚੰਡੀਗੜ੍ਹ ਵਸਣ ਨਾਲ, ਉਹ ਸਾਰੇ ਪੰਜਾਬੀ ਬੋਲਦੇ, ਇਹਨਾਂ ਨੇ ਠਾਤੀ ਹੈ। ਕੀ ਸਾਡਾ ਇੱਥੇ ਹੁਣ ਹੱਕ ਖਤਮ ਹੋ ਗਿਆ ਇਹਦੇ ਨਾਲ? ਸਾਡੇ ਪਿੰਡ ਵੀ ਉਜਾੜ ਤੇ, ਸਾਡੀ ਰਾਜਧਾਨੀ ਵੀ ਇਹ ਬਣ ਗਈ ਚੰਡੀਗੜ੍ਹ, ਕਿ ਸਾਨੂੰ ਆਪਦੀ ਰਾਜਧਾਨੀ ਚਾਹੁਣ ਦਾ ਅਧਿਕਾਰ ਨਹੀਂ ਕਿਸੇ ਵੀ ਜਥੇਬੰਦੀ ਨੂੰ, ਕਿਸੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਕਿਸੇ ਤਬਕੇ ਨੂੰ, ਇਹਨਾਂ ਨੇ ਬੈਨ ਲਾਇਆ ਹੋਇਆ। ਉਦੋਂ ਪਹਿਲਾਂ ਜਮਾਂ ਸੈਕਟਰੀਏਟ ਦੇ ਨੇੜੇ ਜਗ੍ਹਾ ਮਿਲਦੀ ਸੀ, ਉੱਥੇ ਅਗਲੇ ਸਾਰੇ ਆਪਦਾ ਪ੍ਰਦਰਸ਼ਨ ਕਰਦੇ ਸੀ। ਇਹ ਮੁੜ ਕੇ ਚੜ ਕੇ ਮਟਕਾ ਚੌਂਕ ਤੇ ਲਿਆਏ, ਮਟਕਾ ਚੌਂਕ ਤੋਂ ਬਾਅਦ ਕੰਧ ਕੱਢਤੀ ਵੀ ਚੰਡੀਗੜ੍ਹ 'ਚ ਨਹੀਂ ਸੀ ਕਿਸੇ ਨੂੰ ਵੜਨ ਦੇਣਾ। ਉਹ ਅਸੀਂ ਕਹਿੰਦੇ ਵੀ ਸਾਡਾ ਤੁਸੀਂ ਹੱਕ ਹੀ ਮਾਰਤਾ, ਦੇਖੋ ਇਹ ਜੇ ਡਿਊਟੀ ਸਾਨੂੰ ਨਹੀਂ ਥਾਂ ਦਿੰਦੀ, ਇਹਨਾਂ ਨੂੰ ਮਹਿੰਗਾ ਪੈਣਾ ਤੇ ਭਾਰਤੀ ਜਨਤਾ ਪਾਰਟੀ ਨੂੰ ਮਹਿੰਗਾ ਪੈਣਾ, ਕਿਉਂਕਿ ਹਰਿਆਣੇ ਦੀਆਂ ਵੋਟਾਂ ਸਿਰ ਤੇ ਖੜੀਆਂ। ਦੂਜਾ, ਅਸੀਂ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ, ਅਸੀਂ ਸਾਡੀ ਜਦੋਂ ਮੀਟਿੰਗ ਹੋਈ ਅਸੀਂ ਬਹੁਤ ਜ਼ੋਰ ਲਾਇਆ ਵੀ ਡਿਊਟੀ ਸਾਨੂੰ ਥਾਂ ਨਾ ਦੇਵੇ, ਵੱਖਰੀ ਗੱਲ ਹੈ, ਤੁਸੀਂ ਤਾਂ ਐਲਾਨ ਕਰੋ ਨਾ ਵੀ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ, ਇੱਥੇ ਰਾਜਧਾਨੀ ਹੈ ਪੰਜਾਬ ਦੇ ਲੋਕਾਂ ਦੀ, ਉਹ ਜਿੱਥੇ ਆਉਣਾ ਚਾਹੁੰਦੇ ਸਾਡੇ ਕੰਨੇ ਖੁੱਲ੍ਹ ਹੈ, ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ? ਜਿਹਦਾ ਮਤਲਬ ਪੰਜਾਬ ਸਰਕਾਰ ਸਮੇਤ ਸੈਂਟਰ ਸਰਕਾਰ ਤੇ ਡਿਊਟੀ ਤਾਂ ਉਹਨਾਂ ਦਾ ਪ੍ਰਸ਼ਾਸਨ ਹੈ, ਇਹ ਸਾਰੇ ਇੱਕ ਚੀਜ਼ ਹੈ। ਸਾਨੂੰ ਜਿਹੜਾ ਥਾਂ ਦਿਖਾਏ, ਜਾਨੀ ਮੋਹਾਲੀ ਟੱਪਣ ਸਾਰ, ਜਾਨੀ ਉਹ ਵੀਡੀਓ ਬਣਾਉਣ ਕਹਿੰਦੇ ਉਹ ਰਹਿ ਗਈ, ਐਡਾ ਗੰਦਾ ਥਾਂ ਉੱਥੇ ਕੋਈ ਬੰਦਾ ਵੀ ਨਹੀਂ ਖੜਦਾ। ਉਹ ਚਾਰ ਥਾਵਾਂ ਸਾਨੂੰ ਮੋਹਾਲੀ ਦੇ ਨਾਲ ਨਾਲ ਦਿਖਾਈਆਂ, ਅਸੀਂ ਸਾਫ਼ ਰੱਦ ਕਰਕੇ ਆਏ ਹਾਂ ਵੀ ਸਾਨੂੰ 17 ਸੈਕਟਰ ਤੁਸੀਂ ਛੱਡ ਲਓ ਜੇ ਕੋਈ ਡਿੱਕਾ ਹੈ, 17 ਸੈਕਟਰ ਦੇ ਨਾਲ ਲੱਗਦੀ ਕੋਈ ਜਗ੍ਹਾ, ਤੇ ਜਾਂ ਚੜ੍ਹਦੇ ਵਾਲੇ ਪਾਸੇ ਜਿੱਧਰ ਆਪਣਾ ਉਹ ਹਾਈਕੋਰਟ ਕਹਿ ਲਓ ਜਾਂ ਆਪਣਾ ਕੀ ਆ ਸੁਖਣਾ ਝੀਲ, ਇਹਦੇ ਲਈ ਚੜ੍ਹਦੇ ਵਾਲੇ ਪਾਸੇ ਸਾਨੂੰ ਕੋਈ ਥਾਂ ਦੇ ਦਿਓ। ਉਹ ਦਿੰਦੇ ਆ ਕਿ ਨਾ ਦਿੰਦੇ ਉਹਨਾਂ ਨੂੰ ਪਤਾ ਹੈ, ਦੇਖੋ ਅਸੀਂ ਆਪਦਾ ਹੱਕ ਬਹਾਲ ਕਰਨਾ, ਅਸੀਂ ਇਹਦੀ ਖਾਤਰ ਪੂਰਾ ਜ਼ੋਰ ਲਾਵਾਂਗੇ। ਦੇਖੋ ਕਿਹਦੇ ਨਾਲ ਇਹ ਆ, ਜਦੋਂ ਕਿਸਾਨ ਦਿੱਲੀ ਨੂੰ ਜਾਂਦੇ ਨੇ ਉਦੋਂ ਮੁੱਖ ਮੰਤਰੀ ਸਾਹਿਬ ਇਹ ਬਿਆਨ ਲਾਉਂਦੇ ਨੇ ਕਿ ਕਿਸਾਨਾਂ ਦਾ ਜਮਹੂਰੀ ਹੱਕ ਬਣਦਾ ਵੀ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਉਹਨੂੰ ਥਾਂ ਦੇਵੇ, ਫਿਰ ਇੱਥੇ ਸਾਡਾ ਜਮਹੂਰੀ ਹੱਕ ਕਿਉਂ ਕੁਚਲਿਆ ਜਾਂਦਾ? ਇਸ ਕਰਕੇ ਅਸੀਂ ਆਪਦਾ ਜਮਹੂਰੀ ਹੱਕ ਬਹਾਲ ਕਰਾਉਣ ਦੇ ਲਈ ਪੰਜਾਬ ਪ੍ਰਸ਼ਾਸਨ ਨਾਲ ਵੀ, ਅੱਜ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਜਿਹੜੀ ਸਾਡੀ ਗੱਲ ਆ ਚੱਲੀ ਹੈਗੀ ਆ, ਉਹਦੇ 'ਚ ਪ੍ਰਧਾਨ ਜੀ ਨੇ ਦੱਸਿਆ ਵੀ ਆਲੇ ਦੁਆਲੇ ਜਿਹੜੀ ਘੁਮਾਈ ਗਏ, ਇਸ ਕਰਕੇ ਅਸੀਂ ਕਹਿੰਦੇ ਸਾਡਾ ਜਮਹੂਰੀ ਹੱਕ ਆ ਜਿਹੜਾ ਉਹ ਬਹਾਲ। ਉਹ ਇਦੋਂ ਪਹਿਲਾਂ ਜਦੋਂ ਸਰਕਾਰ ਬਣੀ ਹੈ ਜਾਂ ਉਦੋਂ ਬਾਅਦ ਵੀ ਇਹਨਾਂ ਨੇ ਕਿਹਾ ਸੀਗਾ ਭਗਵੰਤ ਮਾਨ ਸਾਹਿਬ ਨੇ ਵੀ ਯਾਰ ਪਿੰਡਾਂ ਦੇ ਵਿੱਚ ਸੈਸ਼ਨ ਲੱਗਿਆ ਕਰਨੇ, ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ। ਹਾਲਾਂਕਿ ਉਹ ਤਾਂ ਗੱਲ ਬਹੁਤ ਦੂਰ ਵਗੀ, ਅੱਜ ਅਸੀਂ ਸੈਸ਼ਨ ਦੇ ਵਿੱਚ ਆਪਦੀ ਗੱਲ ਕਹਿਣ ਆਇਆ, ਸਾਨੂੰ ਇਸ ਅਧਿਕਾਰ ਹੀ ਨਹੀਂ ਹੈਗਾ, ਕਹਿੰਦੇ ਵੀ ਯਾਰ ਤੁਸੀਂ ਤਾਂ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਹੋ ਸਕਦੇ। ਅਸੀਂ ਉਦੋਂ ਗੱਲ ਇਹਨੂੰ ਕਹੀ ਵੀ ਤੁਸੀਂ ਸਹੁੰ ਉੱਥੇ ਚੱਕੀ ਹੈ ਖੜਕਲ ਕਲਾਂ, ਤੁਸੀਂ ਸੈਸ਼ਨ ਉੱਥੇ ਲਾ ਲਓ, ਜੇ ਤੁਹਾਨੂੰ ਜੀ ਟੀ ਤੁਹਾਨੂੰ ਡਿੱਕਾ ਨਹੀਂ ਸਾਨੂੰ ਸਾਨੂੰ ਬਣਨ ਦਿੰਦੀ, ਤੁਸੀਂ ਸੈਸ਼ਨ ਉੱਥੇ ਲਾ ਲਓ, ਅਸੀਂ ਆ ਜਾਂਗੇ ਉੱਥੇ, ਆ ਜਾਂਗੇ ਭਗਤ ਸਿੰਘ ਜਗ੍ਹਾ ਤੇ, ਨਾਲ ਤੁਹਾਡਾ ਐਨ ਬਣ ਜੂ ਵੀ ਕਿੰਨੇ ਭਗਤ ਸਿੰਘ ਨਾਲ ਹੇ ਜਾਂ। ਦੇਖੋ ਇਹਦੀਆਂ ਜਿਹੜੀਆਂ ਅਸੀਂ ਕਹਿੰਦੇ ਹਾਂ ਜਿਹਨੂੰ ਬੁਨਿਆਦੀ ਮੁੱਦੇ ਵੀ ਕਹਿੰਦੇ ਨੇ ਖੇਤੀਬਾੜੀ ਨਾਲ ਸੰਬੰਧਿਤ, ਇਹ 8 ਮਤਲਬ ਉਹਦੀਆਂ ਲੜੀਆਂ ਬਣਦੀਆਂ, ਜੇ ਉਹਨਾਂ 'ਚ ਇੱਕ ਵੀ ਲੜੀ ਨਹੀਂ ਪੂਰੀ ਹੁੰਦੀ ਇਹਦਾ ਖੇਤੀ ਦਾ ਕੁਛ ਨਹੀਂ ਬਣਦਾ। ਪਹਿਲੀ ਗੱਲ ਤਾਂ ਸਾਡਾ ਹੈ ਵੀ ਖੇਤੀ ਨੂੰ, ਸਾਡੀ ਖੇਤੀ ਗੁਲਾਮ ਬਣਾ ਤੀ, ਤੁਸੀਂ ਖੇਤੀ ਨੂੰ ਆਜ਼ਾਦ ਕਰੋ, ਚਾਹੇ ਉਹ ਜ਼ਮੀਰਦਾਰ ਹੈ, ਚਾਹੇ ਕਾਰਪੋਰੇਟ ਘਰਾਣੇ ਹੈ, ਤੇ ਚਾਹੇ ਮਤਲਬ ਸਾਮਰਾਜੀ ਦੇਸ਼ਾਂ ਦੇ ਜਿਹੜੇ ਦੇਸ਼ਾਂ ਨਿਰਦੇਸ਼ ਤੇ ਸੰਸਾਰ ਬੈਂਕ ਹੈ ਤੇ ਸੰਸਾਰ ਜਥੇਬੰਦੀ ਬਣੀ ਹੈ, ਸਾਰੀਆਂ ਨੀਤੀਆਂ ਉਹਨਾਂ ਦੀਆਂ ਲਾਗੂ ਹੋ ਰਹੀਆਂ। ਹਰੇ ਇਨਕਲਾਬ ਦੇ ਤਹਿਤ ਉਹਨਾਂ ਨੇ ਜਿਹੜੀ ਨੀਤੀ ਲਿਆਂਦੀ ਉਹਨਾਂ ਨੇ ਲੋਕਾਂ ਦਾ ਸਾਡਾ ਹਾਲ ਕੀ ਕਰਤਾ, ਹੁਣ ਇਹ ਉਦੋਂ ਹਾਲਾ ਕਰਨ ਜਾ ਰਹੇ। ਉਦੋਂ ਸਾਡੀ ਮੰਗ ਹੈ ਵੀ ਜਦੋਂ ਖੇਤੀ ਨੂੰ ਵਿਕਸਿਤ ਕਰਨਾ ਹੈ ਫਿਰ ਜੇ ਜ਼ਮੀਨ ਹੋਊ ਖੇਤੀ ਤਾਂ ਉੱਥੇ ਹੋਊਗੀ, ਉਹ ਜ਼ਮੀਨ ਦਾ ਉਹ ਕਰੋ। 17 ਏਕੜ ਦਾ ਕਾਨੂੰਨ ਇਹਦੀ ਪਾਰਲੀਮੈਂਟ 'ਚ ਬਣਿਆ ਹੋਇਆ, ਜਾਨੀ ਉਹਨੂੰ ਲਾਗੂ ਕਰਨ ਨੂੰ ਕੋਈ ਤਿਆਰ ਨਹੀਂ। ਜੇ ਕਾਨੂੰਨ ਪੰਜਾਬ 'ਚ ਲਾਗੂ ਕਰਨਾ ਹੋਵੇ, ਜਾਨੀ 3 ਕਿੱਲੇ ਮੰਡੀ ਆਉਂਦੀ ਹੈ ਤੇ ਮਜ਼ਦੂਰਾਂ ਨੂੰ 5 ਮਰਲੇ ਦਾ ਪਲਾਟ ਦੇਣ ਨੂੰ ਤਿਆਰ ਨਹੀਂ, 3 ਕਿੱਲੇ ਆਉਂਦੇ ਉਹਨਾਂ ਨੂੰ ਮੰਡੀ,
ਜੇ ਇਹ ਲਾਗੂ ਕਰਨਾ ਹੋਵੇ ਪੂਰੇ ਹਿੰਦੁਸਤਾਨ ਪੱਧਰ ਤੇ 5 ਕਿੱਲੇ ਮੰਡੀ ਆਉਂਦੀ ਹੈ। ਜਿੱਡਾ ਪੰਜਾਬ ਕੋਲ ਖੇਤੀ ਰਕਬਾ ਹੈ ਇਹੋ ਜਿਹੇ 10 ਰਕ ਵੇਚਣ ਦੀ, 10 ਪੰਜਾਬ ਹੋਰ ਜਿਹੜੇ ਬਹੁਤ ਥੋੜੇ ਪੈਸਿਆਂ ਨਾਲ, ਪਹਿਲਾਂ ਦਾ ਸਰਕਾਰ ਦਾ ਅੰਕੜਾ ਸੀ 44,000 ਕਰੋੜ ਲੱਗਦਾ, ਉਹ ਸਾਰੀ ਜ਼ਮੀਨ ਉਪਜਾਊ ਹੋ ਸਕਦੀ ਹੈ 10 ਕਰੋੜ ਏਕੜ। ਹੁਣ ਉਹਨੂੰ ਕਹਿ ਲਓ ਭਾਈ ਮਹਿੰਗਾਈ ਹੋ ਗਈ, 1,00,000 ਕਰੋੜ ਲੱਗ ਜੂ, 1,00,000 ਕਰੋੜ ਲੱਗ ਕੇ ਕਿੰਨਾ ਵੱਡਾ ਰੁਜ਼ਗਾਰ ਮਿਲਦਾ ਹੈ ਤੇ ਕਿੱਡਾ ਵੱਡਾ ਖੇਤੀ ਚ ਉਹ ਸਾਰਿਆਂ ਨੂੰ ਆਮਦਨ ਹੋਣਾ। ਹੁਣ ਇਹ ਲੱਗਿਆ ਉਜਾੜ ਨੂੰ, ਦੇਖੋ ਜਿਹੜੀ ਹੁਣ ਆਹ ਭਾਰਤ ਮਾਲਾ ਵੀ ਕੱਢੀ ਇਹਨਾਂ ਨੇ, ਇਹਦੇ ਨਾਲ ਜਿਹੋ ਜਿਹੇ ਬਣਨੇ ਆ, ਸ਼ਹਿਰ ਵਸਾ ਰਹੇ ਹੈ। ਆ ਜਿਹੜੇ ਛੋਟੇ ਦੁਕਾਨਦਾਰ ਹੈ, ਪਹਿਲਾਂ ਸਾਡੀ ਜਥੇਬੰਦੀ ਬੁਰੀ ਲੱਗਦੀ ਸੀ, ਉਹ ਕਹੀ ਜਾਂਦੇ ਤੁਹਾਡੀਆਂ ਗੱਲਾਂ ਠੀਕ ਹੈ, ਉਹ ਮੱਖੀਆਂ ਮਾਰਦੇ ਦੁਕਾਨਾਂ ਤੇ, ਮੌਲ ਬਣ ਗਿਆ ਡੋਣੀਆਂ ਸ਼ਹਿਰਾਂ ਚ, ਲੋਕ ਉਹਨਾਂ ਮੌਲਾ ਕਰਨੀ ਤੁਰੇ ਜਾਂਦੇ ਆ ਕਿਉਂਕਿ ਸਾਰੀ ਚੀਜ਼ ਇੱਕ ਥਾਂ ਤੋਂ ਮਿਲਦੀ ਹੈ ਜਾਂਦੀ। ਇਹਨਾਂ ਦੀ ਜਿਹੜੀ ਨੀਤੀ ਹੈ ਉਹ ਮਨੁੱਖਤਾ ਪ੍ਰਤੀ ਨਹੀਂ, ਮਨੁੱਖਤਾ ਨੂੰ ਮਾਰਨ ਵਾਲੀ ਹੈ, ਉਜਾੜਨ ਵਾਲੀ ਹੈ। ਉਹਦਾ ਸਿੱਟ ਹੈ ਕਿ ਕਿਸਾਨ ਵੀ ਖੁਦਕੁਸ਼ੀਆਂ ਕਰ ਰਿਹਾ, ਮਜ਼ਦੂਰ ਵੀ ਖੁਦਕੁਸ਼ੀਆਂ ਕਰ ਰਹੇ ਹੈ। ਇਹਨਾਂ ਦੀਆਂ ਨੀਤੀਆਂ ਦਾ ਸਿੱਟ ਹੈ ਜਾਂਦੀ, ਨਾ ਉਹ ਅਕਾਲੀਆਂ ਨੇ ਹਟਾਇਆ ਨਸ਼ਾ, ਨਾ ਕਾਂਗਰਸ ਨੇ ਹਟਾਇਆ, ਨਾ ਇਹਨਾਂ ਦਾ ਬਾਅਦ ਇਹਨਾਂ ਨੇ ਹਟਾਇਆ। ਨਹੀਂ ਇਸ ਸੰਬੰਧ ਨਾ ਸਾਨੂੰ ਜਾਣਕਾਰੀ ਦਿੱਤੀ, ਨਾ ਸਾਨੂੰ ਖਰੜਾ ਭੇਜਿਆ। ਅਸੀਂ ਉਹਨਾਂ ਨੂੰ ਖਰੜਾ ਭੇਜਿਆ ਸੀ, ਉਹਨਾਂ ਨੇ ਖੇਤੀ ਨੀਤੀ ਕਿੰਨੀ ਕੁ ਤਿਆਰ ਕਰ ਲਈ, ਉਹਦੇ ਕੀ ਹੈ, ਉਹਦੇ ਵਿੱਚ ਕੀ ਹੈ, ਉਹ ਉਹਨਾਂ ਨੇ ਬਿਲਕੁਲ ਹੀ ਨਹੀਂ ਕਿਸੇ ਨੂੰ ਬਾਹਰ ਕੀਤੀ, ਨਹੀਂ ਕਿਸੇ ਨੂੰ, ਨਾ ਪ੍ਰੈਸ ਜਨਤਕ ਵੀ ਨਹੀਂ ਕੀਤੀ, ਨਾ ਓਫੀਸ਼ੀਅਲੀ ਕਿਸੇ ਨੂੰ ਭੇਜੀ। ਉਹ ਪਤਾ ਨਹੀਂ ਕਿਉਂ, ਕਿਸ ਵਜ੍ਹਾ ਕਰਕੇ ਨੀ ਨੱਪ ਲਈ ਉਹਨਾਂ ਨੇ, ਇਹ ਉਹਨਾਂ ਦੀ ਨੱਪੀ ਹੋਈ। ਦੇਖੋ ਵਜ੍ਹਾ, ਦੇਖੋ ਜਦੋਂ ਇਹ ਕਹਿੰਦੇ ਸੀ ਕਿ ਵੀ ਆਹ ਖੇਤੀ ਨੀਤੀ ਬਣਾਵਾਂਗੇ, ਉਹ ਚ ਐਲਾਨ ਵੀ ਕਰਿਆ ਵੀ ਅਸੀਂ 4 ਫਸਲਾਂ ਦੇ ਜਿਹੜਾ MSP ਦੇਵਾਂਗੇ, ਮੂੰਗੀ ਤੇ ਮਤਲਬ ਉਹ ਲੰਗੜੀ MSP 1 ਸੀਜ਼ਨ ਚ ਦਿੱਤੀ, ਉਸ ਤੋਂ ਬਾਅਦ ਮੁੜ ਕੇ ਪਾਸਾ ਪਲਟ ਗਿਆ। ਇਹਦੇ ਵਿੱਚ ਸਾਡੇ ਸਾਰੀਆਂ ਜਥੇਬੰਦੀਆਂ ਨੂੰ ਕਿਹਾ, ਦੂਜਿਆਂ ਨੇ ਕੀ ਦਿੱਤਾ ਸਾਨੂੰ ਨਹੀਂ ਪਤਾ, ਅਸੀਂ ਪੂਰੀ ਤਰ੍ਹਾਂ ਖਰੜਾ ਮਤਲਬ ਇਹਨੂੰ ਦਿੱਤਾ, ਉਹੀ ਖਰੜਾ ਸੀ ਤੇ ਪੱਤਰਕਾਰ ਕਾਨਫਰੰਸ ਕਰਕੇ ਇਸੇ ਥਾਂ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਵੀ ਸਾਥੀਆਂ ਨੂੰ ਦੇ ਕੇ ਗਏ। ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮਾਹਰ ਹੈ ਖੇਤੀਬਾੜੀ ਯੂਨੀਵਰਸਿਟੀਆਂ ਨਾਲ ਮਾਹਰ ਸੰਬੰਧ ਹੈ, ਹੋਰ ਕੋਈ ਬੁੱਧੀਜੀਵੀ ਹੈ, ਇਹਨਾਂ ਨੇ ਉਹਨਾਂ ਨੂੰ ਦਿੱਤਾ ਵੀ ਤੁਸੀਂ ਦੱਸੋ ਪੰਜਾਬ ਦੀ ਖੇਤੀ ਜਿਹੜੀ ਕਿਸਾਨ ਮਜ਼ਦੂਰ ਪੱਖੇ ਹੋਵੇ ਕੀ ਬਣ ਸਕਦੀ ਹੈ। ਸਾਡੇ ਕੋਲ ਜਿਹੜਾ ਖੇਤੀਬਾੜੀ ਮੰਤਰੀ ਹੈ ਹੁਣ, ਉਹ ਮੰਨੇ ਕਿ ਉਹ ਪਿਛਲੇ ਸਾਲ ਦਾ ਉਹਨਾਂ ਨੇ ਸਾਨੂੰ ਦਿੱਤਾ ਹੋਇਆ, ਮੈਂ ਸਾਰਾ ਪੜ੍ਹ ਲਿਆ, ਪਰ ਇਹ ਮਸਲਾ ਕੈਬਨਿਟ ਦਾ ਵੀ ਤੱਕ ਸੁਣਦਾ ਨਹੀਂ, ਇਹ ਉਹਨਾਂ ਦੇ ਸ਼ਬਦ ਹੈ ਸਾਡੇ ਮਜ਼ਦੂਰ ਸਾਥੀਆਂ ਕੋਲ। ਉਸ ਤੋਂ ਬਾਅਦ ਸਾਡੇ ਵਾਲੀ ਗੱਲ ਵੀ ਪਰੇ ਗਈ, ਇੱਥੋਂ ਦੇ ਮਾਹਰਾਂ ਨੇ ਜਿੰਨਾ ਉਹਦਾ ਜ਼ੋਰ ਲਾਇਆ, ਦਿਮਾਗ ਲਾਇਆ, ਉਹ ਗੱਲ ਵੀ ਪਰੇ ਗਈ। ਲਗਭਗ 30 ਕਰੋੜ ਲਾ ਕੇ ਚੱਕ ਕੇ ਇਹਨਾਂ ਨੇ ਅਮਰੀਕਾ ਦੀ ਕੰਪਨੀ ਨੂੰ ਦਿੱਤਾ, ਉਹ ਦੱਸੋ ਸਾਡੇ ਖੇਤੀ ਕਹੀ ਜੀ ਉਹ ਤੇ ਕਿਵੇਂ ਹੋਵੇ, ਉਹਨਾਂ ਦੀ ਨੀਤੀ ਨਾਲ, ਹਾਂ ਉਹਨਾਂ ਦੀ ਨੀਤੀ ਨਾਲ ਅਸੀਂ ਮਾਰੇ ਹੋਏ ਹਾਂ। ਦੇਖਿਓ ਜਿਹੜਾ ਜਿਹੜਾ ਸਵਾਲ ਹੈ ਮੇਰਾ, ਵੱਡੇ ਅਫਸਰ ਖੜੇ ਹੋਏ ਨੇ ਚੰਡੀਗੜ੍ਹ ਮੋਹਾਲੀ ਦੇ, ਹੁਣ ਵੀ ਪ੍ਰੈਸ ਕਾਨਫਰੰਸ ਤੋਂ ਬਾਅਦ ਦਾ ਵੇਟ ਕਰ ਰਹੇ ਨੇ ਮੀਟਿੰਗ ਦੇ ਲਈ, ਅਗਰ ਉਹ ਤੁਹਾਨੂੰ ਕੋਈ ਥਾਂ ਦੇ ਦਿੰਦੇ ਆ ਰਾਗੇ ਲੱਗੇ ਤਾਂ ਸਿੱਧਾ ਆ ਕੇ ਬਹਿ ਜਾਓਗੇ, ਟਾਈਮ ਪੀਰੀਅਡ ਹੋਊਗਾ ਕੁਝ ਦਿਨਾਂ ਦਾ ਜਿਸ ਤਰ੍ਹਾਂ? ਦੇਖੋ ਜਿਹੜਾ ਜਿਹੜਾ ਪਹਿਲਾ ਮੋਰਚਾ ਸੀ, ਪਹਿਲੇ ਸਵਾਲ ਦਾ ਜਵਾਬ ਇਹ ਹੈ ਵੀ ਪਹਿਲਾ ਮੋਰਚਾ ਸੰਯੁਕਤ ਮੋਰਚੇ ਦਾ ਸੀ, ਆਲ ਇੰਡੀਆ ਜਿੰਦੀਆਂ ਜਥੇਬੰਦੀਆਂ ਨੇ ਪੂਰੇ ਦੇਸ਼ ਦੀਆਂ ਕੈਪੀਟਲਾਂ ਦੇ ਮੂਹਰੇ 3 ਦਿਨ ਦਾ ਧਰਨਾ ਰੱਖਿਆ ਹੋਇਆ ਸੀ, ਉਹ ਸੰਯੁਕਤ ਮੋਰਚੇ ਦਾ 26 ਨਵੰਬਰ ਵਾਲਾ ਜੁੜਿਆ ਹੋਇਆ ਸੀ ਉਹਨਾਂ ਨਾਲ, ਉਹ ਸੰਯੁਕਤ ਮੋਰਚੇ ਦੀਆਂ ਸਿੰਧ ਕੇਂਦਰ ਨਾਲ ਜੁੜੀਆਂ ਹੋਈਆਂ ਮੰਗਾਂ ਦੇ ਆਧਾਰ ਤੇ ਸੀ, 3 ਦਿਨ ਦੇ ਸੀ ਸਿਰਫ। ਦੂਜੀ ਗੱਲ ਜਿਹੜੀ ਸਾਥੀ ਨੇ ਬੋਲਿਆ ਵੀ ਉਹ ਗੱਲ ਕਰ ਰਹੇ ਨੇ ਤੁਹਾਨੂੰ ਜਗ੍ਹਾ ਦੇਣਗੇ ਕੀ ਕਰਨਗੇ, ਉਹ ਦੇਖਾਂਗੇ, ਅਸੀਂ ਹੁਣ ਤੱਕ ਅਸੀਂ ਦੇਖ ਕੇ ਆਏ ਹਾਂ ਉਹਨਾਂ ਨੇ ਕੀ ਕੀਤਾ।
ਜੇ ਸਾਨੂੰ ਸਾਡੇ ਕਹਿਣ ਮੁਤਾਬਕ 17 ਦੇ ਆਸ ਪਾਸ ਕੋਈ ਜਗ੍ਹਾ ਹੋਈ ਸਾਨੂੰ ਛੂਟ ਬੈਠ ਦੀ ਫਿਰ ਅਸੀਂ ਦੇਖ ਕੇ ਸਾਡਾ ਤਾਂ ਦੇਖੋ 1 ਤਰੀਕ ਨੂੰ ਅਸੀਂ ਆਉਣਾ 3 ਦਿਨ ਸੈਸ਼ਨ ਚੱਲਣਾ ਸੈਸ਼ਨ ਦੌਰਾਨ ਸਾਡੀ ਮੰਗ ਪੱਤਰ ਦੇਣਾ ਮੰਗ ਪੱਤਰ ਦੌਰਾਨ ਕੀ ਹੁੰਦੀ ਹੈ ਉਹਨਾਂ ਦੀ ਚਰਚਾ ਕੀ ਹੁੰਦੀ ਹੈ ਉਹਦੀ ਕੀ ਛਿੱਟੇ ਨੇ ਪੋਜੀਟਿਵ ਉਹਦੀ 4 ਤਰੀਕ ਨੂੰ ਅਸੀਂ ਮੀਟਿੰਗ ਕਰਾਂਗੇ 5 ਤਰੀਕ ਨੂੰ ਅਸੀਂ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਕਿਹੜਾ ਹਾਂ ਹਾਂ ਅੱਜ ਇਹ ਭਗਵੰਤ ਮਾਨ ਨਾਲ ਹੀ ਹੈ ਜਿਹੜਾ ਅਸੀਂ ਲੈ ਕੇ ਆਇਆ ਆਹਾਂ ਇਹ ਪੰਜਾਬ ਸਰਕਾਰ ਨਾਲ ਜੁੜ ਕੇ ਮੰਗਾਂ ਨੇ ਇਹ ਉਹ ਕੇਂਦਰ ਨਾਲ ਸੀ ਉਹ ਕੇਂਦਰ ਦੇ ਜ਼ਰੀਏ ਸੀ ਅਸੀਂ ਰਲਗੱਡ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੇਂਦਰ ਦੀਆਂ ਮੰਗਾਂ ਤੇ ਕੇਂਦਰ ਨਾਲ ਪੰਜਾਬ ਦੀਆਂ ਮੰਗਾਂ ਤੇ ਪੰਜਾਬ ਆਹ ਜਿਹੜਾ ਪ੍ਰੋਗਰਾਮ ਅਸੀਂ ਕਰਨੇ ਆ 1 ਤੋਂ ਲੈ ਕੇ 5 ਤੱਕ ਖੇਤੀ ਨੀਤੀ ਦਾ ਜ਼ਮੀਨਾਂ ਦਾ ਖੁਦਕੁਸ਼ੀਆਂ ਦਾ ਕਰਜ਼ੇ ਦਾ ਕਿਸਾਨਾਂ ਦਾ ਤੇ ਪਾਣੀ ਦੀ ਨੀਤੀ ਦਾ ਬਿਜਲੀ ਦੀ ਨੀਤੀ ਦਾ ਤੇ ਰੁਜ਼ਗਾਰ ਦੀ ਨੀਤੀ ਦਾ ਨਸ਼ਿਆਂ ਬਾਰੇ ਤੁਸੀਂ ਕੀ ਕਰ ਰਹੇ ਹੋ ਇਹ ਕਾਫੀ ਮੁੱਦੇ ਆ ਸਾਡੇ ਤੁਸੀਂ ਜਿਹੜੀ ਖੇਤੀ ਸੈਕਟਰ ਦੇ ਵਿੱਚ ਕਾਰਪੋਰੇਟ ਦਾ ਸਗਲ ਲਗਾਤਾਰ ਦਾਖਲ ਵਧਾ ਰਹੇ ਹੋ ਇਹ ਤਾਂ MSP ਖਤਮ ਕਰ ਰਹੇ ਹੋ ਮੰਡੀਆਂ ਤੋਂ ਉਹਨਾਂ ਦਾ ਕਬਜ਼ਾ ਕਰਾ ਰਹੇ ਹੋ ਜਿਹੜੇ ਸੋਲੋ ਕਦਾਮ ਨੇ ਉਹਨਾਂ ਦੇ ਰਾਹੀਂ ਤੁਸੀਂ ਇਹਨਾਂ ਤੇ ਫੀਡ ਤੇ ਫੂਡ ਤੇ ਕਬਜ਼ਾ ਕਰਾ ਰਹੇ ਹੋ ਇਹ ਨੀਤੀਆਂ ਦੇ ਵਿੱਚ ਤੁਸੀਂ ਤੁਹਾਡੀ ਦਾਖਲ ਅਰਜ਼ੀ ਲਗਾਤਾਰ ਵੱਧਦੀ ਜਾਂਦੇ ਦੱਸੋ ਤੇ ਕੀ ਬੋਲਦੇ ਹੋ ਉਹ ਪੁੱਛਣਾ ਹੈ ਪੰਜਾਬ ਸਰਕਾਰ ਨਾਲ ਜਿਹੜੀ ਪਹਿਲਾਂ ਗੱਲ ਹੋਈ ਹੁਣ ਜਿਹੜੀ ਕੱਲ ਨੂੰ ਹੋਣੀ ਹੈ ਕੱਲ ਨੂੰ ਹੋਣੀ ਹੈ ਗੱਲਬਾਤ ਰੱਖੀ ਉਹਨਾਂ ਨੇ ਮੀਟਿੰਗ ਗੱਲਬਾਤ ਦੇ ਵਿੱਚ ਹਾਂ ਉਹ ਕਰਦੇ ਹੁੰਦੇ ਆ ਉਹ ਟਾਈਮ ਤਾਂ ਮੇਰੇ ਖਿਆਲ 1 ਵਜੇ ਹੈ ਦੇਖੋ ਲਗਭਗ 1 ਵਜੇ ਤੋਂ ਲੈ ਕੇ 2:30-3 ਵਜੇ ਤੱਕ ਕਿਉਂਕਿ ਲੰਗਰ ਸਮੇਤ ਆਉਣਾ ਬੰਦਿਆਂ ਨੇ ਆਉਣਾ ਟਰਾਲੀਆਂ ਵੀ ਹੋਣਗੀਆਂ ਟਰੈਕਟਰ ਵੀ ਹੋਣਗੇ ਬੜੇ ਵੱਡੇ ਛੋਟੇ ਸਾਧਨ ਹੋਣਗੇ ਇਸ ਕਰਕੇ 1 ਤੋਂ ਲੈ ਕੇ 2:30 ਵਜੇ ਤੱਕ ਸਾਰੀ ਜਨਤਾ ਇੱਥੇ ਪਹੁੰਚ ਲਗਭਗ ਨਹੀਂ ਇਕੱਠੇ ਹਾਂ ਮੁੱਖ ਮੰਤਰੀ ਨਹੀਂ 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 ਉਹ ਮੋਰਚਾ ਤਾਂ ਲੱਗਣਾ ਹਰ ਹਾਲਤ ਚ ਲੱਗਣਾ ਉਹਦਾ ਕੋਈ ਮਤਲਬ ਨਹੀਂ ਉਹਨਾਂ ਨੇ ਰੱਖਿਆ ਹੀ ਮੀਟਿੰਗ ਇਸ ਕਰਕੇ ਸੀ ਵੀ ਤੁਸੀਂ ਮੋਰਚਾ ਮੁਲਤਵੀ ਕਰ ਦੋ ਅਸੀਂ ਮੀਟਿੰਗ ਰੱਖ ਲਈ ਇਹ ਆਪਾਂ ਨੇ ਪ੍ਰਵਾਨ ਨਹੀਂ ਕੀਤੀ ਕਿਉਂਕਿ ਮੀਟਿੰਗ ਕੀ ਹੁੰਦਾ ਮੀਟਿੰਗ ਦੇ ਕੀ ਸਿੱਟੇ ਨਿਕਲਦੇ ਨੇ ਮੀਟਿੰਗ ਦੇ ਵਿੱਚ ਕੀ ਹੁੰਦਾ ਉਹ ਮੀਟਿੰਗ ਹੋਣ ਤੋਂ ਬਾਅਦ ਹੀ ਕੇਡਰ ਨੂੰ ਦੱਸੀ ਜਾਊਗੀ ਉਹ ਵੀ ਇੱਥੇ ਆਇਆ ਬੰਦਿਆਂ ਨਾਲ ਕੀ ਪਤਾ ਜੀ ਹੋ ਜਾਣਗੇ 1000-1500-2000 ਕਾਹਦਾ ਜੀ ਬਾਈਕਾਟ ਤਾਂ ਅਸੀਂ ਕਦੇ ਕੀਤਾ ਨੀ ਬਾਈਕਾਟ ਤਾਂ ਮੇਰੇ ਖਿਆਲ ਚ ਅਸੀਂ ਪਹਿਲਾਂ ਵੀ ਨੀ ਕੀਤਾ ਕਦੇ ਨਾ ਹੀ ਬਾਈਕਾਟ ਦਾ ਸੱਦਾ ਨਾ ਹੀ ਸਾਡਾ ਕਿਸੇ ਦੀ ਸਪੋਰਟ ਕਰਨ ਦਾ ਸੱਦਾ ਇਸ ਮਸਲੇ ਤੇ ਅਸੀਂ ਤਾਂ ਕੇਡਰ ਨੂੰ ਖੁੱਲਾ ਛੱਡ ਦਿੰਦੇ ਹਾਂ ਵੀ ਤੁਹਾਡੀ ਮਰਜ਼ੀ ਹੈ ਭਾਈ ਵੋਟ ਕਿਸੇ ਨੂੰ ਪਾਉਣ ਜਾਣਾ ਕੋਈ ਚੰਗਾ ਲੱਗਦਾ ਪਾਇਓ ਨਹੀਂ ਚੰਗਾ ਲੱਗਦਾ ਨਾ ਪਾਓ ਘਰੇ ਬੈਠੋ ਨਾ ਅਸੀਂ ਤਾਂ ਇਹ ਸਮਝਦੇ ਹਾਂ ਦੇਖੋ ਤੁਸੀਂ ਇੱਕ ਗੱਲ ਮਤਲਬ ਤੁਹਾਨੂੰ ਸਾਫ਼ ਹੋਣੀ ਚਾਹੀਦੀ ਹੈ ਵੀ ਤੁਹਾਨੂੰ ਲੱਗਦਾ ਹੋਣਾ ਵੀ ਆਪ ਸਰਕਾਰ ਹੈ ਆਹ ਕਾਂਗਰਸ ਹੈ ਅਕਾਲੀ ਨੇ ਸਾਨੂੰ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ ਆਪ ਦੇ ਆਉਣ ਤੋਂ ਪਹਿਲਾਂ ਵੀ ਸਾਡੀ ਸਟੇਟਮੈਂਟ ਦੇਖ ਲਓ ਹੁਣ ਵੀ ਦੇਖ ਲਓ ਦੇਖੋ ਚੰਡੀਗੜ੍ਹ ਦੇ ਵਿੱਚ ਇਹ ਨਹੀਂ ਵੜਨ ਦਿੰਦੇ ਦਿੱਲੀ ਦੇ ਵਿੱਚ ਉਹ ਨਹੀਂ ਵੜਨ ਦਿੰਦੇ ਤੇ ਸਾਡੀ ਪੰਜਾਬ ਸਰਕਾਰ ਨਾਲ ਗੱਲ ਹੋਈ ਪੰਜਾਬ ਸਰਕਾਰ ਕਹਿੰਦੇ ਵੀ ਤੁਸੀਂ ਚੰਡੀਗੜ੍ਹ 'ਚ ਨਹੀਂ ਵੜ ਸਕਦੇ ਪੰਜਾਬ ਸਰਕਾਰ ਪ੍ਰਸ਼ਾਸਨ ਉਹਨਾਂ ਦਾ ਕਹਿੰਦਾ ਵੀ ਤੁਹਾਨੂੰ ਯੂਟੀ ਵਾਲੇ ਰੋਕਦੇ ਨੇ ਯੂਟੀ ਵਾਲੇ ਤੁਹਾਨੂੰ ਗਾਂਹ ਨਹੀਂ ਜਾਣ ਦਿੰਦੇ ਅੱਜ ਜੇ ਨਹੀਂ ਦੋਨੇ ਇਕੱਠੇ ਬੈਠੇ ਨਾਲੇ ਯੂਟੀ ਨਾਲੇ ਮੋਹਾਲੀ ਵਾਲਾ ਪ੍ਰਸ਼ਾਸਨ ਜਿਹੜੀ ਕੋਈ ਫਰਕ ਨਹੀਂ ਇਹਨਾਂ 'ਚ ਇਹ ਨੀਤੀਆਂ ਤੇ ਸਾਰੇ ਇੱਕੋ ਜਿਹੇ ਨੇ ਡੰਗ ਵੱਧ ਘੱਟ ਦਾ ਸਵਾਲ ਹੈ ਕੌਣ ਵੱਧ ਮਾਰਦਾ ਜਿੰਨਾ ਛੋਟਾ ਵੱਧ ਮਾਰਦਾ ਹੁੰਦਾ
ਭਗਵੰਤ ਮਾਨ ਸਾਹਿਬ ਨੇ ਤਾਂ ਹੁਣ ਤੁਸੀਂ ਦੱਸੋ ਉਹ ਜਰਮਨੀ ਦੀ ਕੰਪਨੀ ਬਣਾ ਲਈ, ਟਾਟਾ ਸਟੀਲ ਵਾਲੇ ਬਣਾ ਲਏ, ਗੋਬਿੰਦਗੜ੍ਹ ਦੀ ਮੰਡੀ ਫੇਲ ਕਰਤੀ, ਕਿੰਨੀਆਂ ਮੰਡੀਆਂ ਛੋਟੀ ਸਨਅਤਾਂ ਸਾਰੀ ਦੀ ਸਾਰੀ ਤਬਾਹ ਕਰਤੀ ਪੰਜਾਬ 'ਚ, 2 ਲੱਖ ਸਨਅਤ ਹੈ ਪੰਜਾਬ ਦੇ ਵਿੱਚ ਜਿਹੜੀ ਜਮ੍ਹਾਂ ਫੇਲ ਹੋ ਗਈ, ਜਿਹੜੀ ਕਿਨਾਰੇ 'ਤੇ ਖੜੀ ਹੈ। ਜੇ ਗੋਬਿੰਦਗੜ੍ਹ ਦੀ ਮੰਡੀ ਕਿੰਨੀ ਮਸ਼ਹੂਰ ਸੀ, ਦੁਨੀਆਂ ਦੀ ਮੰਡੀ ਸੀ ਸੋਨੇ ਦੀ ਮੰਡੀ, ਉਹਨਾਂ ਦੇ ਬਿਜਲੀ ਦੇ ਰੇਟ ਵਧਾ ਤੇ 5 ਰੁਪਏ 60 ਪੈਸੇ ਕਰਤੇ, ਅਤੇ ਉਹਨਾਂ ਦੇ ਜਿਹੜੀ ਟੈਕਸ ਹੈ GST ਲਾ ਤਾ ਅੱਗੇ ਉਹਨਾਂ ਦਾ ਬਿਨਾਂ ਪਰਚੀ ਤੋਂ ਕੱਟ ਦਿੰਦੇ ਮਾਲ, ਯਾਨੀ ਉਹਨਾਂ ਨੂੰ ਜਿਹੜੀਆਂ ਰੇਤਾਂ ਦੇਣੀਆਂ ਸੀ ਪ੍ਰਫੁੱਲਿਤ ਕਰਨ ਦੀ ਖਾਤਰ, ਉਹਦੇ ਵਿੱਚ ਲਗਭਗ 12,50,000 ਯਾਨੀ 11,80,000 ਮੁਲਾਜ਼ਮ ਮੁੰਡਾ ਕੰਮ ਕਰਦਾ ਸੀ ਇਹਨਾਂ ਸੰਤਾਂ 'ਚ, ਛੋਟੀਆਂ ਸੰਤਾਂ 'ਚ ਜਿਹੜੀਆਂ ਫੇਲ ਹੋ ਗਈਆਂ। ਅਤੇ ਹੁਣ ਸਾਡੇ ਵਾਲੇ ਉਹਨਾਂ ਤਾਂ ਫੇਲ ਹੋ ਗਏ, ਉਹਨਾਂ ਨੂੰ ਜਿਉਂਦੇ ਕਰਨ ਦੀ ਨਹੀਂ ਗੱਲ ਕਰਦੇ, ਯਾਨੀ ਵੱਡੀਆਂ ਨੂੰ ਬੁਲਾ ਰਹੇ ਨੇ, ਜਰਮਨੀ ਵਾਲੀ ਨੂੰ ਬੁਲਾ ਰਹੇ ਨੇ, ਪੂਨੇ ਵਾਲੀ ਨੂੰ ਬੁਲਾ ਰਹੇ ਨੇ, ਇਹ ਪੂੰਜੀ ਨਿਵੇਸ਼ ਕਰੂਗੀ, ਟਾਟਾ ਸਟੀਲ ਨੂੰ ਬੁਲਾ ਲਿਆ, ਹੋਰ ਵੱਡੀਆਂ ਨੂੰ ਬੁਲਾ ਰਹੇ ਨੇ, ਯਾਨੀ ਉਹੀ ਨੀਤੀਆਂ ਜਿਹੜੀਆਂ ਤੇ ਅਸੀਂ ਤੁਸੀਂ ਪਿਛਲੇ ਸਮੇਂ ਪੜ੍ਹਿਆ ਹੋਣਾ ਵੀ 8 ਕਾਲਜ ਅਸੀਂ ਖੁਦ ਮੁਖਤਿਆਰ ਕਰਤੇ, 26 ਮੰਡੀਆਂ ਅਸੀਂ ਰੱਦ ਕਰਤੀਆਂ, ਭਾਰਤ ਵਾਲਾ ਪ੍ਰੋਜੈਕਟ ਵਾਸਤੇ ਜਬਰੀ ਜ਼ਮੀਨਾਂ ਨੱਪਣ ਦਾ ਉਹੀ ਧੱਕੇ ਨਾਲ, ਬਿਨਾਂ ਕਿਸੇ ਦੀ ਪੈਸੇ ਦਿੱਤੇ, ਬਿਨਾਂ ਕਿਸੇ ਦੀ ਸਹਿਮਤੀ ਤੋਂ, ਯਾਨੀ ਕਿਹੜੀ ਨੀਤੀ ਹੈ ਜਿਹੜੀ ਉਹ ਪਹਿਲੀਆਂ ਸਰਕਾਰਾਂ ਕਰਦੀਆਂ ਸੀ, ਉਹ ਭਗਵੰਤ ਮਾਨ ਵਾਲੀ ਸਰਕਾਰ ਨੇ ਨਹੀਂ ਕੀਤੀ, ਯਾਨੀ ਇੱਕੋ ਹੀ ਗੱਲ, ਉਹਨਾਂ ਵਾਲੀ ਗੱਲ, ਉਹੀ ਰਾਹ, ਉਹੀ ਪੈਂਤਰਾ। ਅਸੀਂ ਰਾਹ ਝੜੀਕਾ ਨਹੀਂ ਬਣਦੇ, ਕਦੇ ਹਸਪਤਾਲ ਖੋਲਿਆ ਹੋਵੇ ਉਹਦੇ ਖਾਤਰ, ਕਦੇ ਰੋਕਿਆ ਹੋਵੇ, ਕਦੇ ਗ੍ਰਿਡ ਦੇ ਖੋਲਿਆ ਹੋਵੇ ਵੱਡਾ ਉਹਦੀ ਖਾਤਰ, ਕਦੇ ਡੈਮ ਪ੍ਰੋਜੈਕਟ ਲਾਉਂਦੇ ਹੋਣ ਉਹਦੀ ਖਾਤਰ, ਕਦੇ ਵੱਡਾ ਕਾਲਜ ਖੋਲਿਆ ਹੋਵੇ ਉਹਦੀ ਖਾਤਰ, ਕੋਈ ਖੇਤੀ ਵਾਲਾ ਕਾਰਖਾਨਾ ਲੱਗਦਾ ਹੋਵੇ ਕਦੇ ਉਹਦੀ ਖਾਤਰ, ਤੁਸੀਂ ਜੇ ਪਾਣੀ ਦੀ ਬਿਜਲੀ ਦਾ ਕੋਈ ਪ੍ਰੋਜੈਕਟ ਲੱਗਦਾ ਹੋਵੇ ਉਹਦੀ ਖਾਤਰ, ਤੁਸੀਂ ਪਾਣੀ ਸਾਂਭਣ ਵਾਸਤੇ ਕੋਈ ਕੀਤਾ ਹੋਵੇ ਉਹਦੀ ਖਾਤਰ, ਤੁਸੀਂ ਟੋਭੇ ਸਾਫ ਕਰਨ ਦੇ ਕੀਤਾ ਹੋਵੇ ਕੋਈ ਉਹਦੀ ਖਾਤਰ, ਤੁਸੀਂ ਜਿਹੜੀ ਜਿਉਂਦੀ ਮਰਜ਼ੀ ਸਨਅਤ ਜਿਹਦਾ ਮੈਂ ਹੁਣ ਜ਼ਿਕਰ ਕਰਕੇ ਗਿਆ 2 ਲੱਖ, ਤੁਸੀਂ ਉਹਨੂੰ ਜਿਉਂਦਾ ਕਰਨ ਦੀ ਖਾਤਰ ਤੁਸੀਂ ਸਾਰੀਆਂ ਧਾਗਾਂ ਮਿਲਾਂ ਫੇਲ ਕਰਤੀਆਂ, ਤੁਸੀਂ ਸਾਰਾ ਹੌਜਰੀ ਫੇਲ ਕਰਤੀ, ਤੁਸੀਂ ਹੀਰੋ ਹਾਂਡੇ ਦੀ ਸਾਈਕਲ ਦੀ ਫੈਕਟਰੀ ਫੇਲ ਕਰਤੀ, ਤੁਸੀਂ ਗੋਬਿੰਦਗੜ੍ਹ ਦੀ ਮੰਡੀ ਫੇਲ ਕਰਤੀ, ਅਸੀਂ ਕਦੇ ਟੇਕਾ ਬਣਿਆ? ਅਸੀਂ ਉਹਨਾਂ ਦੈਂਤਾਂ ਦਾ ਟੇਕਾ ਬਣਦੇ ਹਾਂ ਜਿਹੜੇ ਪੰਜਾਬ ਨੂੰ ਹੜੱਪਣਾ ਚਾਹੁੰਦੇ ਨੇ, ਅਸੀਂ ਉਹ ਵੱਡੇ ਵੱਡੇ ਸ਼ੋਪਿੰਗ ਮਾਲਾਂ ਦਾ ਟੇਕਾ ਬਣਦੇ ਹਾਂ ਜਿਹਨੇ ਪ੍ਰਚੂਨ ਖੇਤਰ ਖਾ ਲਿਆ, ਉਹਨਾਂ ਵਾਸਤੇ ਅਸੀਂ ਟੇਕਾ ਬਣਦੇ ਹਾਂ। ਅਸੀਂ ਭਾਰਤ ਮਾਲਾ ਪ੍ਰੋਜੈਕਟ ਦੀ ਦੱਸੋ ਸਾਨੂੰ ਕੀ ਲੋੜ ਆ ਬਈ, ਆਹ ਭਾਰਤ ਮਾਲਾ ਜਿਹੜੀ ਪ੍ਰੋਜੈਕਟ ਜਾਂ 8 ਪ੍ਰੋਜੈਕਟ ਨੇ ਜਿਹੜੇ ਇਹਨਾਂ ਨੇ ਲਿਆਂਦੇ ਨੇ, ਇਹਨਾਂ ਨੇ 7-10 ਡੈਂਪ ਨੇ ਜਿਹੜੇ ਇੱਥੇ ਪੰਜਾਬ 'ਚ, 10 ਡੈਂਪ ਲਾਉਣੇ ਨੇ ਇੱਥੇ ਇਹਨਾਂ ਨੇ, ਜਿਹਦੇ 'ਚ 1,000 ਏਕੜ ਜ਼ਮੀਨ ਆਉਣੀ ਹੈ ਇੱਕ ਡੈਂਪ ਦੇ ਵਿੱਚ, ਉਹ ਐਨ ਇਹਨਾਂ ਨੇ ਉੱਥੇ ਦੇਣੀ ਹੈ ਭਾਰਤ ਮਾਲਾ ਪ੍ਰੋਜੈਕਟ ਦੇ ਮੋਲ 'ਤੇ। ਉੱਥੇ ਸ਼ੋਪਿੰਗ ਮਾਲ ਖੋਲਣਗੇ, ਉੱਥੇ ਵੱਡੇ ਵੱਡੇ ਰੈਸਟੋਰੈਂਟ ਹੋਣਗੇ, ਉੱਥੇ ਪੈਟਰੋਲ ਪੰਪ ਹੋਣਗੇ, ਉੱਥੇ ਕਲੋਨੀਆਂ ਹੋਣਗੀਆਂ ਇਹਨਾਂ ਦੀਆਂ, ਉਪਜਾਊ ਜ਼ਮੀਨਾਂ ਕਿੱਥੇ ਰਹਿਣਗੀਆਂ ਜੀ ਸਾਡੇ ਕੋਲ? ਫਿਰ ਜ਼ਮੀਨਾਂ ਲੈਣੀਆਂ ਨੇ ਤਾਂ ਮਾਲ ਤਾਂ ਪੈਸੇ ਦੀ ਕੀਮਤ ਤਾਂ ਮਾਲਕ ਦੀ ਹੋਣੀ ਚਾਹੀਦੀ ਹੈ, ਮਾਲਕ ਜਿੰਨੀ ਕੀਮਤ ਮੰਗਦਾ ਤੁਸੀਂ ਕੀਮਤ ਦੇ ਦਿਓ, ਜਬਰੀ ਕਿਵੇਂ ਨੱਪੋਗੇ ਤੁਸੀਂ ਉਹਨਾਂ ਤੋਂ, ਧੱਕੇ ਨਾਲ ਕਿਵੇਂ ਨੱਪੋਗੇ ਤੁਸੀਂ ਉਹਨਾਂ ਤੋਂ? ਇਸ ਕਰਕੇ ਸਾਡਾ ਇਹ ਰੌਲਾ ਨਹੀਂ ਕਿ ਅਸੀਂ ਕੋਈ ਪ੍ਰੋਜੈਕਟ ਨਹੀਂ ਲੱਗਣ ਦਿੰਦੇ, ਅਸੀਂ ਕੋਈ ਡਿਵੈਲਪਮੈਂਟ ਨਹੀਂ ਹੋਣ ਦਿੰਦੇ। ਸਾਨੂੰ ਪਤਾ ਵੀ ਡਿਵੈਲਪਮੈਂਟ ਤੋਂ, ਇੰਡਸਟਰੀ ਤੋਂ ਬਗੈਰ ਡਿਵੈਲਪਮੈਂਟ ਨਹੀਂ ਹੁੰਦੀ। ਤੁਸੀਂ ਇੰਡਸਟਰੀ ਖੇਤੀ ਨਾਲ ਜੁੜਨੀ ਲਾਓ, ਲੋਕਾਂ ਦੇ ਫਾਇਦੇ ਵਾਲੀ ਲਾਓ। ਤੁਸੀਂ ਇਹ ਦੱਸੋ, ਕਿਸੇ ਨੇ ਕਦੇ ਗ੍ਰਿਡਾਂ ਵਾਸਤੇ ਕਦੇ ਜ਼ਮੀਨ 'ਤੇ ਰੌਲਾ ਪਿਆ? ਮੁਫ਼ਤ ਦਿੱਤੀਆਂ ਨੇ। ਸਕੂਲਾਂ ਵਾਸਤੇ ਕਦੇ ਰੌਲਾ ਪਿਆ? ਹਸਪਤਾਲ ਪਿੱਛੇ ਰੌਲਾ ਪਿਆ? ਕਦੇ ਕੋਈ ਦੱਸੇ ਸਰਕਾਰ ਵੀ 1 ਇੰਚ ਜ਼ਮੀਨ ਇਹਨਾਂ ਨੇ ਮੁੱਲ ਲਈ ਹੋਵੇ? ਜਿਹੜੀ ਲੋਕਾਂ ਦੇ ਫਾਇਦੇ ਦੀ ਗੱਲ ਹੁੰਦੀ ਹੈ ਉਹ ਤਾਂ ਲੋਕ ਮੂਹਰੇ ਹੋ ਕੇ ਦਿੰਦੇ ਨੇ। ਇਸ ਕਰਕੇ ਵਾਧੂ ਦੀ ਗੱਲ ਹੈ, ਅਸੀਂ ਨਹੀਂ ਰੋਕਦੇ ਡਿਵੈਲਪਮੈਂਟ ਨੂੰ, ਇਹਨਾਂ ਦਾ ਰਾਹ ਹੀ ਦੂਜਾ ਪੜਿਆ। ਹਾਂ, ਇੱਕ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਜੀ, ਦੇਖੋ ਜਿੱਥੇ ਕੱਲ੍ਹ ਦੀ ਮੀਟਿੰਗ ਦਾ ਸਵਾਲ ਹੈ, ਅਸੀਂ ਪ੍ਰਸ਼ਾਸਨ ਨਾਲ ਪੰਜਾਬ ਦੇ ਨਾਲ ਜਿਹਦੇ 'ਚ ਆਪਣਾ ਜਸਕਰਨ ਜੀ ਹਾਜ਼ਰ ਸੀਗੇ, ਅਸੀਂ ਉਹਨਾਂ ਦੇ ਮੂੰਹ 'ਤੇ ਕਿਹਾ, ਫੋਨ 'ਤੇ ਵੀ ਹੋਈ ਗੱਲ ਉਹਨਾਂ ਨਾਲ, ਵੀ ਜਿਹੜੀ ਕੱਲ੍ਹ ਦੀ ਮੀਟਿੰਗ ਹੈ ਸਾਡੇ ਉਸ ਜਿਹੜਾ 1 ਤੋਂ 5 ਤੱਕ ਅਸੀਂ ਆ ਰਹੇ ਹਾਂ, ਇਹਨੂੰ ਮਤਲਬ ਰੱਦ ਕਰਾਉਣ ਵਾਸਤੇ ਹੈ। ਹੁਣ ਵੀ ਅਸੀਂ ਉਸੇ ਸਾਦੇ ਹਾਂ, ਅਸੀਂ ਕਿਹਾ ਸੀ ਵੀ ਜੇ ਤੁਸੀਂ ਕੋਈ ਦੇਣਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ,
ਕਿਹੜੀ ਗੱਲ ਤੁਸੀਂ ਕਰਨੀ ਚਾਹੁੰਦੇ ਹੋ, ਤੁਸੀਂ ਡਿੱਕਾ ਕੀ ਹੈ, ਕਿਹੜੀਆਂ ਕਰ ਸਕਦੇ ਹੋ, ਸਾਨੂੰ ਖਰੜਾ ਭੇਜੋ, ਆਪਣੇ ਅੱਧੇ ਘੰਟੇ ਦੀ ਮੀਟਿੰਗ ਮੁੱਕ ਜਾਊ। ਜਾਨੀ ਉਹ ਕੁਛ ਨਹੀਂ ਕਰਨ ਨੂੰ ਤਿਆਰ, ਸਿਰਫ ਉਹਦੇ ਖਾਤਰ ਸੀ ਸਾਨੂੰ ਹਜੇ ਇਸ ਗੱਲ ਦਾ ਰੌਲਾ ਹੈ ਵੀ ਕੱਲ੍ਹ ਦੀ ਮੀਟਿੰਗ ਕਰਨਗੇ ਕਿ ਨਾ ਕਰਨਗੇ। ਉਗਰਾਜ ਸਾਹਿਬ, ਕੱਲ੍ਹ ਮਾਰਚ ਕਰਨ ਦੇ ਲਈ ਕੱਲ੍ਹ ਆ ਰਹੇ ਹੋ, ਪਰਸੋਂ ਮਾਰਚ ਹੈਗਾ, ਜਾਂ ਫਿਰ ਦੋ ਦਿਨਾਂ ਦੀ ਤਿਆਰੀ ਹੈਗੀ ਹੈ, ਲੰਬੀ ਤਿਆਰੀ ਵੀ ਹੋ ਸਕਦੀ ਹੈ। ਮੋਰਚਾ, ਮੋਰਚੇ ਦਾ ਮਤਲਬ ਮੋਰਚਾ, ਅਸੀਂ ਇੱਕ ਨੂੰ ਬੈਠਾਂਗੇ, ਕੱਲਾ ਮਾਰਚ ਕਰਨ ਨਹੀਂ ਆਉਂਦੇ। ਜੇ ਕੱਲਾ ਮਾਰਚ ਕਰਨ ਆਉਂਦੇ ਫਿਰ ਅਸੀਂ 2 ਤਰੀਕ ਨੂੰ ਆਉਂਦੇ, ਕੱਲਾ ਮਾਰਚ ਕਰਨ ਅਸੀਂ ਨਹੀਂ ਆਏ। ਅਸੀਂ ਸੈਸ਼ਨ ਦੌਰਾਨ ਮਾਰਚ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਕਹਿ ਰਹੇ ਹਾਂ, ਅਸੀਂ ਉਹਨਾਂ ਕੋਲ ਆਪਦਾ ਸੁਨੇਹਾ ਪਹੁੰਚਾ ਰਹੇ ਹਾਂ ਵੀ ਆਹ ਸਾਡੀਆਂ ਮੰਗਾਂ ਨੇ, ਇਹਨਾਂ 'ਤੇ ਕੀ ਚਰਚਾ ਹੁੰਦੀ ਹੈ, 3 ਦਿਨ ਅਸੀਂ ਦੇਖਾਂਗੇ, 3 ਦਿਨ ਦੀ ਚਰਚਾ ਤੋਂ ਬਾਅਦ